ਤੁਸੀਂ ਸਬਸਕ੍ਰਾਈਬ ਕਰੋ ਇਸ MHONE ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ, ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ। ਸੋ ਗੋ ਐਂਡ ਸਬਸਕ੍ਰਾਈਬ। ਓ ਮੈਂਡੀ, ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ, ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ। ਮੰਡੀ ਗੋਬਿੰਦਗੜ ਤੋਂ ਬੱਸ ਚੜ੍ਹਦੀ ਕੰਟੀਨੀ ਮੰਡੀਰ ਵਾਲੇ ਤੇ ਮਰਦੀ ਵੇ ਵੀਰ ਮੇਰੇ ਆਵੇ ਜੁਗਨੀ। ਓ ਜੁਗਨੀ MH1 ਲਾਈ ਰੱਖਦੀ ਏ, ਪਰਿਵਾਰ ਸਮੇਤ ਕੰਟੀਨੀ ਮੰਡੀਰ ਤੱਕਦੀ ਏ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਵੱਡੇ ਛੋਟੇ ਪਿਆਰੇ ਮੋਟੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡੇ ਆਪਣੇ ਫੇਵਰੇਟ ਸ਼ੋਅ, ਸ਼ੋਅ ਦਾ ਨਾਮ ਹੈ ਜੀ ਕੰਟੀਨੀ। ਅੱਜ ਅਸੀਂ ਹੈਗੇ ਹਾਂ ਜੀ ਮੰਡੀ ਗੋਬਿੰਦਗੜ ਦੇ ਵਿੱਚ, ਦੇਸ਼ ਭਗਤ ਯੂਨੀਵਰਸਿਟੀ, ਬਹੁਤ ਸ਼ਾਨਦਾਰ ਕੈਂਪਸ। ਬਾਕੀ ਬੱਚਿਆਂ ਨਾਲ ਕਰਦੇ ਹਾਂ ਜੀ ਗੱਲਬਾਤ, ਫਨ ਕਰਦੇ ਹਾਂ। ਆ ਜਾਓ ਜੀ ਲਾਲ ਪੀਲੇ, ਲਾਲ ਪੀਲੇ, ਇਹ ਤਾਂ ਐਂ ਲੱਗਦਾ ਵੀ MH1 ਦੀ ਹੋਈ ਹੈ। ਆ ਵੀ ਲਾਲ ਪੀਲਾ, ਇਹ ਵੀ ਲਾਲ ਪੀਲੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਕਿੱਥੋਂ ਆਏ? ਮੈਂ ਘਰੋਂ। ਘਰ ਸੇ? ਹਾਂ, ਘਰ ਸੇ, ਘਰ ਸੇ। ਹਿਮਾਚਲ ਸੇ ਆਈ ਹੂੰ। ਹਿਮਾਚਲ ਸੇ? ਬੱਲੇ ਬੱਲੇ ਬੱਲੇ, ਹਿਮਾਚਲ ਮੇਂ ਕਹਾਂ? ਹਿਮਾਚਲ ਮੇਂ ਘੁਮਾਰੀ, ਬਿਲਾਸਪੁਰ ਡਿਸਟ੍ਰਿਕਟ। ਜਿਹੜਾ ਜਿਹੜਾ ਗੁਰਦਾਸਪੁਰ? ਬਿਲਾਸਪੁਰ, ਬਿਲਾਸਪੁਰ, ਨਾਟ ਗੁਰਦਾਸਪੁਰ। ਜਿਹੜਾ ਬਿਲਾਸਪੁਰ? ਓਕੇ ਓਕੇ ਓਕੇ। ਟਰੱਕ ਬਹੁਤ ਜਾਂਦਾ ਉਧਰ ਨੂੰ? ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਹਾਂਜੀ ਹਾਂਜੀ ਹਾਂਜੀ। ਜਬ ਯਹਾਂ ਸੇ ਚੜ੍ਹਤੇ ਹੈ ਨਾ, ਕਹਾਂ ਸੇ? ਆ ਯਹਾਂ ਸੇ, ਕਹਾਂ ਸੇ? ਕਿ ਕੀਰਤਪੁਰ ਸਾਹਿਬ ਸੇ ਜਬ ਮਨਾਲੀ ਕੋ ਜਾਣਾ ਰਾਹ ਮੇਂ ਆਤਾ ਹੈ ਬਿਲਾਸਪੁਰ। ਬਹੁਤ ਤਰੱਕਾ ਸੇ। ਇਤਨਾ ਟਰੱਕ, ਇਤਨਾ ਟਰੱਕ, ਗੱਡੀ ਕੋ ਸਾਈਡ ਨਹੀਂ ਦਿੱਤੇ? ਆਪਕੀ ਗਾੜੀ ਕੋ ਪਾਸ ਨਹੀਂ ਮਿਲੇਗਾ। ਹਮਾਰੀ ਗਾੜੀ ਕੋ ਕਿਤੇ ਪਾਸ ਮਿਲਾ ਜੀ? ਹਮੇ ਹਿਮਾਚਲ ਵਾਲੋਂ ਕੋ ਤੋ ਮਿਲ ਜਾਤਾ ਹੈ। ਆਪਕੋ ਮਿਲ ਜਾਤਾ ਹੈ? ਟਰੱਕ ਵਾਲੇ ਦੇਖ ਲੇਤੇ ਹੋਗੇ ਨਾ ਪੀਛੇ ਕੌਣ ਆ ਰਹੀ ਹੈ। ਪਰਿਵਾਰ ਵਹੀ ਪੇ ਹੈ? ਪਰਿਵਾਰ ਵਹੀ ਪੇ ਹੈ। ਕਿਆ ਕੌਣ ਕੌਣ ਹੈ ਪਰਿਵਾਰ ਮੇਂ? ਮੇਰਾ ਇੱਕ ਛੋਟਾ ਭਾਈ ਹੈ। ਛੋਟਾ ਭਾਈ ਹੈ? ਛੋਟਾ ਭਾਈ ਕਹਾਂ ਸੇ ਆਇਆ? ਪਾਪਾ ਮੰਮੀ ਸੇ? ਪਹਿਲੇ ਬੋਲੋ ਮੇਰੇ ਪਾਪਾ ਮੰਮੀ ਹੈ। ਪਤਾ ਕਿਆ, ਇੱਕ ਪੂਰਾ ਸਿਸਟਮ ਸੇ ਆਇਆ ਨਾ, ਪਹਿਲੇ ਛੋਟਾ ਭਾਈ ਹੈ। ਚਲੋ ਛੋਟੋ, ਚਲੋ ਫਿਰ ਪਰਨਾਨਾ, ਨਾਨਾ, ਪਰਨਾਨੀ। ਇਤਨਾ ਟਾਈਮ ਵੇਸਟ ਕਿਉਂ ਕਰਨਾ, ਸਭ ਵੀ ਵੇਟ ਕਰ ਰਹੇ। ਟਾਈਮ ਵੇਸਟ ਕਰ ਰਹੇ ਹਾਂ ਜੀ ਮੈਂ। ਖੁਸ਼ ਕਿਸਮਤ ਹੈ ਹਮ ਕਿ ਆਪਕੇ ਸਾਥ ਟਾਈਮ ਵੇਸਟ ਕਰ ਰਹੇ ਹਾਂ। ਇਹ ਗਾਣਾ ਪੰਜਾਬੀ ਕੋਈ ਆਉਂਦਾ? ਹਾਂ ਹਾਂ। ਹੋ ਨਾ ਹੋਈ ਪਿਆਰ ਤੇਰੇ ਦਾ ਅਸਰ ਹੈ, ਹੁਣ ਜੋ ਮੈਨੂੰ ਨੀਂਦ ਰਾਤ ਨੂੰ ਆਵੇ ਨਾ। ਕੀ ਨਾਂ ਕੀ ਸ਼ੁਭ ਨਾਮ? ਸ਼ੈਰੀ ਹੈ ਬਈ। ਸ਼ੈਰੀ? ਓਕੇ ਓਕੇ। ਪੂਰਾ ਨਾਂ ਕੀ ਹੈ? ਸਵਰਨਜੀਤ। ਹਾਂ, ਇਹ ਦੱਸੋ ਨਾ ਫਿਰ, ਇਹ ਉਹ ਨਾਂ ਦੱਸ ਦਿਆ ਜਿਹਦੇ ਨਾਂ ਨਾਲ ਇਹਨੂੰ ਬੁਲਾਉਂਦੀ ਆ ਸ਼ੈਰੀ। ਕਿੱਥੋਂ ਬਿਲੋਂਗ ਕਰਦੇ ਹੋ? ਬਾਈ ਗੋਬਿੰਦਗੜ੍ਹ ਤੋਂ। ਗੋਬਿੰਦਗੜ੍ਹ ਤੋਂ ਹੀ? ਪਰਿਵਾਰ 'ਚ ਕੌਣ ਕੌਣ ਜੀ? ਦਾਦਾ ਦਾਦੀ। ਦਾਦਾ ਦਾਦੇ? ਸਿਫਟ ਹੋਣਾ ਸ਼ੁਰੂ ਹੋ ਗਿਆ ਬਾਈ, ਸਿਫਟ ਹੋਣਾ। ਹਾਂਜੀ, ਦਾਦਾ ਜੀ, ਦਾਦੀ ਜੀ, ਮੰਮੀ ਡੈਡੀ, ਮੰਮੀ ਡੈਡੀ ਜੀ, ਮੈਂ ਜੀ, ਮੇਰਾ ਭਾਈ, ਮੈਂ ਜੀ, ਮੇਰਾ ਭਾਈ ਜੀ। ਬਹੁਤ ਵਧੀਆ, ਠੀਕ ਹੈ। ਵੀਰਾ ਛੋਟਾ? ਵੀਰਾ ਛੋਟਾ, ਤਾਂ ਹੀ ਬਾਈ ਦੱਸਿਆ। ਸੁਣਾਓ ਫਿਰ ਗਾਣਾ। ਉਹ ਅਜੇ ਘਰ ਦੇ ਹਾਲਾਤ ਠੀਕ ਨਹੀਂ, ਆਵੇ ਮੀਂਹ ਤੇ ਵਰਾਂਡਾ ਵਗਦਾ, ਉਹ ਦਿਲ ਕਰਦਾ ਸਕੋਡਾ ਲੈ ਲਵਾਂ, ਪਰ ਘਰ ਜੇ ਤੋਂ ਡਰ ਲੱਗਦਾ, ਉਹ ਜੀਨੂੰ ਹੱਥ ਜੋੜ ਕਰੇ ਧਰ ਲੇ, ਬਾਪੂ ਦੱਸ ਉਹ ਬੰਦਾ ਕੌਣ ਸੀ। ਬਹੁਤ ਬਹੁਤ ਸੋਹਣਾ ਗਾਇਆ, ਕਿੰਨੇ ਸੋਹਣੇ ਆਪ, ਉਨੀ ਸੋਹਣੀ ਆਵਾਜ਼ ਬਾਈ, ਤੇ ਗੋਡ ਬਲੈਸ ਯੂ, ਖੁਸ਼ ਰਹੋ ਜੀ। ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਕਿਹੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬੜੇ ਕਿਰਾਏ ਵਾਲ ਪੂਰੇ ਭਾਰੇ ਜੀ ਹੈ। ਕਿੱਥੋਂ ਬਿਲੋਂਗ ਕਰ ਰਹੇ ਸੀ? ਮੈਂ ਬੇਸਿਕਲੀ ਹਰਿਦੁਆਰ ਸੇ ਹੂੰ। ਬੇਸਿਕਲੀ ਹਰਿਦੁਆਰ ਸੇ ਹੂੰ। ਹਰਿਦੁਆਰ? ਹਾਂਜੀ। ਬੱਲੇ ਬੱਲੇ ਬੱਲੇ, ਪਰਿਵਾਰ 'ਚ ਕੌਣ ਕੌਣ ਹੈ? ਮੋਮ, ਡੈਡ, ਭਾਈ ਔਰ ਮੈਂ। ਮੋਮ, ਡੈਡ, ਭਾਈ ਔਰ ਮੈਂ। ਤੁਹਾਡੇ ਕੋਲ ਗਏ ਪੈਸੇ ਮੁੱਕ? ਮਤਲਬ ਸਮਝਾਤਾ ਹੂੰ। ਅੱਛਾ, ਜੋ ਪਾਕਟ ਮਨੀ ਭੇਜੀ ਥੀ ਨਾ ਘਰ ਵਾਲੋ ਨੇ, ਉਹ ਹੋ ਚੁੱਕੀ ਹੈ ਖਤਮ। ਠੀਕ। ਔਰ ਆਪਣੇ ਆਪਣੇ ਫਰੈਂਡ ਕੋ ਕਾਲ ਕਰਨਾ ਹੈ? ਠੀਕ ਹੈ। ਔਰ ਉਸੇ ਪੈਸੇ ਮੰਗਣੇ, ਨਿਕਲਵਾਉਣੇ ਉਸੇ? ਠੀਕ ਹੈ। ਠੀਕ ਹੈ, ਮੈਂ ਆਪਕਾ ਫਰੈਂਡ ਬਣਤਾ ਹੂੰ। ਇਟਸ ਅ ਐਕਟ, ਠੀਕ ਹੈ, ਐਕਟ ਹੈ। ਓਕੇ, ਹੈਲੋ। ਨਾ ਪਹਿਲਾਂ ਟ੍ਰਿੰਗ ਟ੍ਰਿੰਗ ਨਹੀਂ ਹੁੰਦੀ? ਅੱਛਾ, ਮੈਨੂੰ ਨੰਬਰ ਨਹੀਂ ਪਤਾ ਨਾ। ਨੰਬਰ ਦੱਸਣ ਵੀ ਲੱਗਾ ਮੈਂ, ਵੈਸੇ ਕਰੋ ਟ੍ਰੂ ਟ੍ਰੂ ਟ੍ਰਿੰਗ 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 ਚਲੋ ਟ੍ਰਿੰਗ ਟ੍ਰਿੰਗ ਮੋਟੀ। ਹੈਲੋ, ਰਵਨੀਤ ਬੋਲ ਰਹੇ ਹੋ? ਰਵਨੀਤ ਨੂੰ ਮਿਲਾ, ਰਵਨੀਤ ਹੀ ਬੋਲੂ, ਪਾਪਾ ਥੋੜੀ ਬੋਲੂਗਾ। ਅੱਛਾ, ਵੈਸੇ ਕਮਾਲ ਦੀ ਗੱਲ ਇਹ ਵੀ, ਅੱਜ ਅੱਜ ਫੋਨ ਤੇਰਾ ਹੀ ਹੈ, ਫੋਨ ਕਿਵੇਂ ਆ ਗਿਆ ਤੇਰਾ ਯਾਰ? ਕਹਾਂ ਪਰ ਹੋਈ ਤੂੰ?
बोले मैं हाँ गलती ना नहीं मिल गया था नहीं नहीं हाँ तुम्हें मिला है कहाँ हो तुम बोले बोले मैं कालजी हूँ अच्छा क्या कर रहे हो हैं क्या कर रहे हो मैं क्या कर रहा हूँ हाँ मैं उन की कर रहे हैं तेरे पता नहीं गाल कर रहे हैं तेरे उससे पहले क्या कर रहे थे बस यहीं पे दोस्त मित्र थे साथ में अच्छा वो सड़ रहे हैं अच्छा कोई नहीं कोई नहीं तुम्हारा फोन आ गया ना अच्छा कोई नहीं बहुत सड़े पे हैं और सड़ाओ स्माइल पास करो हैं स्माइल पास करो उनकी तरफ देख के जो सड़ रहे हैं हाँ सड़ रहे अभी भी सड़ रहे हैं अभी और सड़ रहे हैं अच्छा वो ना मुझे काम था हैं काम था काम था हाँ जी अब वो हंस रहे हैं उनको सुनाई नहीं जा रही लाउड स्पीकर ऑन पे ना रखा लाउड स्पीकर बंद कर दूं हाँ जी मैं थोड़ी भुगरी मार था ना फोन आया कोई नहीं अच्छा बंद कर दूंगा हाँ जी हाँ जी तो वो ना मुझे काम था कि वो ना मैंने बाल कलर कराए थे तो बाल कलर कराए थे हाईलाइट्स डलवाई थी क्या डलवाई थी अरे बाल रंगाए थे रंगाड़े फिर फिर उसके बाद ना मेरे पैसे खत्म हो गए मतलब डलवा देंगे डैडी 1 तारीख को बट अभी खत्म हो गए तो 10 दिन के लिए हेलो 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 मैं दे दूंगी तुम्हें 1 तारीख को ठीक है तो तुम मुझे दे सकते हो पैसे जो पुराने दिए थे 20 रुपए वो तुमने अभी तक नहीं लौटाए नहीं वो तुम चाय की दुकान पे उधार करके आते हो ना तो मैंने उसे दे दिए थे अच्छा हाँ कितने चाहिए पैसे 10 दिन के 1,000-1,500 रुपए दे दो 1,000-1,500 रुपए हेलो मैंने आवाज नहीं आती हेलो रवनीत नहीं वो आपने गाना नहीं सुना दिल डॉलरों तो बड़ा तेरे यार दापा में जेब में पान रखी है वो हाल है हमारा यार पंजाबी समझ में नहीं आती पंजाबी समझ नहीं आती हाँ जी पैसे लेने आते हैं हाँ वो आते हैं बहुत अच्छे से कोई नहीं कोने तो परवाना कर परवाना कर तू मेरे यारा दोस्तों को बहुत पैसा अब बार बार सुटांगे बार बार ये लो थैंक यू सो मच तुम बहुत सोहना एक्ट किया थैंक यू सो मच ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਤਨਾਮ ਸਿੰਘ ਹੈ ਜੀ ਵੈਸੇ ਮੈਨੂੰ ਕਾਲਜ ਡੀਜੇ ਕਹਿੰਦੇ ਸਾਰੇ ਡੀਜੇ ਡੀਜੇ ਕਿਉਂ ਕਹਿੰਦੇ ਜੀ ਕਿਉਂਕਿ ਮੈਂ ਮੇਰਾ ਆਪਣਾ ਸਾਊਂਡ ਸਿਸਟਮ ਪਾਇਆ ਹੋਈ ਓਕੇ ਜੀ ਮੈਂ ਡੀਜੇ ਪਲੇ ਕਰਦਾ ਹਾਂ ਕਿੱਥੋਂ ਬਿਲੋਂਗ ਕਿੱਥੋਂ ਕਰਦੇ ਹੋ ਸ਼੍ਰੀਨਗਰ ਤੋਂ ਜੀ ਸ਼੍ਰੀਨਗਰ ਤੋਂ ਹਾਂਜੀ ਹਾਂ ਪੰਜਾਬੀ ਤੁਹਾਡੀ ਬਹੁਤ ਵਧੀਆ ਹੈ ਪੰਜਾਬੀ ਬਿਲਕੁਲ ਪੰਜਾਬੀ ਹੈ ਬੇਸਿਕਲੀ ਪੰਜਾਬੀ ਹੋ ਬਿਲਕੁਲ ਬੇਸਿਕਲੀ ਪੰਜਾਬੀ ਹੈ ਓਕੇ ਓਕੇ ਤੇ ਪਰਿਵਾਰ ਹੁਣ ਉੱਥੇ ਹੀ ਹੈ ਨਹੀਂ ਜੀ ਸ਼੍ਰੀਨਗਰ ਪਿੰਡ ਹੈ ਜੀ ਮੇਰਾ ਅੱਛਾ ਸ਼੍ਰੀਨਗਰ ਪਿੰਡ ਹੈ ਇੱਥੇ ਹਾਂ ਜੀ ਹਾਂ ਬਿਲਕੁਲ ਪਿੰਡ ਮੈਂ ਸੋਚਿਆ ਉੱਪਰ ਨਹੀਂ ਨਹੀਂ ਉੱਪਰ ਨਹੀਂ ਨੀਚੇ ਜੀ ਵੀ ਜੰਮੂ ਕਸ਼ਮੀਰ ਵਾਲਾ ਸ਼੍ਰੀਨਗਰ ਨਹੀਂ ਨਹੀਂ ਉਹ ਨਹੀਂ ਹੈ ਜੀ ਆਪਣੇ ਇਹ ਪਿੰਡ ਹੈ ਹਾਂ ਜੀ ਪਟਿਆਲੇ ਜ਼ਿਲ੍ਹੇ ਚ ਜਿਹੜੇ ਪਟਿਆਲੇ ਜੀ ਸ਼੍ਰੀਨਗਰ ਪਿੰਡ ਪੈਂਦਾ ਚਲੋ ਇਹ ਵੀ ਪਤਾ ਲੱਗ ਗਿਆ ਅੱਜ ਹੋਰ ਗੱਲਬਾਤ ਪਰਿਵਾਰ 'ਚ ਕੌਣ ਕੌਣ ਹੈ ਪਰਿਵਾਰ 'ਚ ਜੀ ਪਾਪਾ ਨੇ ਜੀ ਮੰਮਾ ਨੇ ਜੀ ਅਤੇ ਵੱਡਾ ਬ੍ਰਦਰ ਹੈ ਜੀ ਅਤੇ ਸਿਸਟਰ ਸੀਗਾ ਮੈਰਿਡ ਨੇ ਜੀ ਅਤੇ ਸਭ ਤੋਂ ਛੋਟਾ ਮੈਂ ਜੀ ਡੈਡ ਦੀ ਨੇਚਰ ਕਿੱਦਾਂ ਦੀ ਹੈ ਡੈਡ ਦੀ ਨੇਚਰ ਬਹੁਤ ਸਟ੍ਰਿਕਟ ਨੇ ਜੀ ਕੀ ਹੈ ਬਹੁਤ ਸਟ੍ਰਿਕਟ ਨੇ ਅੱਛਾ ਬਹੁਤ ਸਟ੍ਰਿਕਟ ਨੇ ਮੈਂ ਕਿਹਾ ਡੈਡ ਕਿਤੇ ਕਹਿੰਦਾ ਪੋਜ਼ਿਟਿਵ ਹੀ ਹੈ ਕਹਿੰਦਾ ਅੱਛਾ ਬਹੁਤ ਸਟ੍ਰਿਕਟ ਨੇ ਹਾਂਜੀ ਹਾਂਜੀ ਮੈਂ ਡੀਜੇ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਸਤਨਾਮ ਸਿੰਘ ਹੈ ਮੈਂ ਸਤਨਾਮ ਮਤਲਬ ਮੈਂ ਡੀਜੇ ਅਤੇ ਤੁਹਾਡੇ ਡੈਡ ਅੱਜ ਮੂਡ 'ਚ ਸੀਗੇ ਵੀ ਅੱਜ ਇਹਨੂੰ ਝਟਕਾ ਦੇਣੀਆਂ ਦੇਣੀਆਂ ਹੈ ਨਾ ਤੁਸੀਂ ਵੱਧ ਜਾਣਦੇ ਹੋ ਆਪਦੇ ਡੈਡ ਨੂੰ ਤੁਸੀਂ ਹੁਣ ਝਟਕਾ ਮਾਰਨੀਆਂ ਕਿਸੇ ਵੀ ਗੱਲ ਤੋਂ ਠੀਕ ਹੈ ਇੱਧਰੋਂ ਜੀ ਆਪਣਾ ਸਤਨਾਮ ਹੋਰੀ ਆ ਰਹੇ ਨੇ ਉਹ ਡੀਜੇ ਜੀ ਹਾਂਜੀ ਜੀ ਘਰੇ ਅਜੇ ਬੜੇ ਹੀ ਹੈ ਠੀਕ ਹੈ ਹਾਂ ਵੀ ਕਿੱਥੋਂ ਆਏ ਆ ਇੱਧਰੋਂ ਇੱਧਰੋਂ ਕਿੱਧਰੋਂ ਇੱਧਰ ਬੂਹਾ ਲਾਇਆ ਬੂਹਾ ਤਾਂ ਲਾਇਆ ਆਇਆ ਕਿੱਧਰੋਂ ਹੈ ਬੂਹੇ ਥਣੀ ਬੂਹੇ ਥਣੀ ਤਾਂ ਆ ਗਿਆ ਬੂਹੇ ਦੇ ਉੱਪਰ ਦੀ ਪੱਟ ਕੇ ਥੋੜੀ ਆਇਆ ਤੂੰ ਖੋਲ ਕੇ ਆਇਆ ਬੂਹਾ ਖੋਲ ਗਿਆ ਬੂਹਾ ਖੁੱਲਾ ਸੀ ਜਵਾਕ ਤੂੰ ਬੂਹੇ ਥਣੀ ਨਹੀਂ ਆਇਆ ਤੂੰ ਕੋਈ ਗੱਲ ਨਹੀਂ ਦੱਸ ਸੀ ਵੀ ਆ ਕਿੱਧਰੋਂ ਰਿਹਾ ਤੂੰ ਉਹ ਤਾਂ ਮੈਨੂੰ ਪਤਾ ਬੂਹੇ ਚੋਂ ਨਿਕਲਿਆ ਤੂੰ ਐਂਟਰ ਤਾਂ ਬੂਹੇ ਚੋਂ ਆਇਆ ਤੂੰ ਹਾਂ ਐਂਟਰ ਬੂਹੇ ਚੋਂ ਆਇਆ ਆਇਆ ਕਿੱਥੋਂ ਗਿਆ ਕਿੱਥੇ ਹੋ ਸੀਗਾ ਅੱਛਾ ਵੈਸੇ ਕਿੱਥੇ ਸੀ ਹਾਂ ਵੈਸੇ ਕਿੱਥੇ ਸੀ ਕਾਲਜ ਸੀ ਕਿੱਥੇ ਕਾਲਜ ਕਾਲਜ ਕੀ ਕਰ ਰਹੇ ਸੀ ਕਾਲੇ ਕਾਲੇ ਸਪਾ ਕੀ ਕਰ ਰਹੇ ਸੀਗਾ ਹੁਣ ਤਾਂ ਕਾਲਜ ਛੁੱਟੀ ਹੋਈ ਹੋਈ ਤੂੰ ਕੀ ਕਰ ਰਿਹਾ ਸੀ ਮੈਂ ਪ੍ਰੈਕਟੀਕਲ ਦਾ ਕੰਮ ਸੀਗਾ ਨਾ ਪ੍ਰੈਕਟੀਕਲ ਤਾਂ ਹੈ ਨਹੀਂ ਪੇਪਰ ਤਾਂ ਖਤਮ ਹੋਏ ਨੇ ਅਗਲੀ ਵਾਰ ਵਾਸਤੇ ਤਿਆਰੀ ਨਹੀਂ ਡੈਡੀ ਤੁਹਾਨੂੰ ਤੁਸੀਂ ਚਾਹੁੰਦੇ ਨਹੀਂ ਕਿ ਤੁਹਾਡਾ ਬੱਚਾ ਅਗਲੇ ਵਾਸਤੇ ਵੀ ਕੰਮ ਕਰਿਆ ਕਰੇ ਅੱਛਾ ਫਿਰ ਤੁਸੀਂ ਕਹਿੰਦੇ ਹੋ ਆਪਣਾ ਤੁਹਾਡਾ ਫਿਊਚਰ ਨਹੀਂ ਦੇਖਦੇ ਤੁਸੀਂ ਮੈਂ ਫਿਊਚਰ ਦੇਖ ਰਿਹਾ ਡੈਡੀ ਉੱਥੇ ਬੰਦਿਆਂ ਵਾਂਗ ਗੱਲ ਕਰ ਬੰਦਿਆਂ ਵਾਂਗ ਪਿਓ ਆ ਤੇਰਾ ਮੈਂ ਹਾਂਜੀ ਬੰਦਿਆਂ ਵਾਂਗ ਬੋਲ ਮੈਨੂੰ ਮੈਂ ਬੰਦਿਆਂ ਵਾਂਗ ਹੀ ਬੋਲ ਰਿਹਾ ਪਰ ਡੈਡੀ ਜੀ ਬੰਦਿਆਂ ਵਾਂਗ ਬੋਲ ਰਿਹਾ ਅੱਜ ਕੱਲ ਕੰਪੀਟੀਸ਼ਨ ਇੰਨਾ ਤੁਹਾਡੇ ਬੇਟੇ ਨੂੰ ਬਹੁਤ ਫਿਕਰ ਹੈ ਡੈਡੀ ਮੈਂ ਤੁਹਾਡਾ ਤੂੰ ਗੱਲ ਕਰ ਰਿਹਾ ਕਿ ਧਮਕਾ ਰਹੇ ਯਾਰ ਆਪਣੇ ਪਿਓ ਨੂੰ ਯਾਰ ਹੱਥ ਹੋ ਗਈ ਯਾਰ ਤੇਰੇ ਵਾਲੀ ਯਾਰ ਡੈਡੀ ਜੀ ਤੁਸੀਂ ਸਮਝਦੇ ਵੀ ਐਂ ਹੀ ਹੋ ਨਾ ਬੰਦਿਆਂ ਵਾਂਗ ਬੋਲ ਨਹੀਂ ਤਾਂ ਜੁੱਤੀ ਲਾ ਲੈਣੀ ਆ ਫਿਰ ਦੇਖ ਨਹੀਂ ਨਹੀਂ ਜੁੱਤੀ ਨਾ ਲਾਇਓ ਪਰਸੋਂ ਜਿੱਤਾ ਮੰਮੀ ਨੇ ਜੁੱਤੀ ਲਾ ਲਈ ਸੀ ਸਾਡਾ ਆਪਣਾ ਮੈਟਰ ਹੈ ਤੂੰ ਆਪਣੇ ਦਾ ਆਪਣੀ ਜਿਹਾ ਫਿਰ ਆਪਣਾ ਮੈਟਰ ਕਿਉਂ ਬਣਾਇਆ ਵਿਆਹ ਕਿਉਂ ਕਰਾਇਆ ਤੂੰ ਕੱਲ ਨੂੰ ਤੇਰਾ ਵੀ ਕਰ ਦਾਂਗੇ ਤੂੰ ਵੀ ਇਹ ਗੱਲ ਕਰੇਗਾ ਕੱਲ ਨੂੰ ਤੇਰਾ ਵਿਆਹ ਹੋਣਾ ਵਿਆਹ ਨਹੀਂ ਕਰਾਉਣਾ ਡੈਡੀ ਕਿਉਂ ਨਹੀਂ ਕਰਾਉਣਾ ਹੈਗਾ ਨਾ ਨਾ ਕਿਉਂ ਜੁੱਤੀਆਂ ਖਾ ਰਹੇ ਹੋ ਨਾ ਬਿਲਕੁਲ ਨਹੀਂ ਖਾ ਰਹੇ ਤੁਹਾਨੂੰ ਫਿਰ ਆ ਨਾ ਫਾਇਦਾ ਤਾਂ ਹੋਇਆ ਫਾਇਦਾ ਕੀ ਹੋਇਆ ਫਾਇਦਾ ਹੋਇਆ ਜਿਹੜਾ ਮੈਂ ਹੋਇਆ ਹੋਰ ਕੀ ਫਾਇਦਾ ਉਹ ਤਾਂ ਚਲੋ ਗਲਤੀ ਬਹੁਤ ਲੜਦੇ ਬਹੁਤ ਜਿਗੜਦੇ ਤੇ ਬਹੁਤ ਵਧੀਆ ਐਕਟ ਥੈਂਕ ਯੂ ਕਚਕਾਓ ਕਚਕਾਓ ਬੱਚਿਓ
ਪਿਛੋਕੜ ਤੁਹਾਡਾ ਦਾਦ ਕੇ ਚਾਈਨਾ ਵਾਲ ਦੇ ਵੀ ਹੈਗੇ ਨੇ ਪਤਾ ਨਹੀਂ ਅੱਛਾ ਨਾਂ ਕੀ ਤੁਹਾਡਾ ਸਿਮਰ ਤੇ ਕੀ ਸ਼ੌਂਕ ਨੇ ਤੁਹਾਡੇ ਐਕਟਿੰਗ ਐਂਡ ਡਾਂਸ ਐਕਟਿੰਗ ਐਂਡ ਡਾਂਸ ਕੋਈ ਸਾਨੂੰ ਐਕਟ ਕਰਕੇ ਦਿਖਾਓ ਜਾਂ ਕੋਈ ਵੀ ਜਿਹੜਾ ਤੁਸੀਂ ਕੀਤਾ ਹੋਵੇ ਜਾਂ ਕਿਸੇ ਦੀ ਮਮਿਕਰੀ ਕਰ ਤਾਂ ਬਹੁਤ ਵਧੀਆ ਜਿਹਨੇ ਬਸ ਤੁਸੀਂ ਬੋਲਣਾ ਨਹੀਂ ਮੈਂ ਜਮੇ ਕੁਝ ਨਹੀਂ ਬੋਲਦਾ ਪਿੱਛੇ ਕੀ ਖੜ ਜਾ ਰਾਹੁਲ ਕੇ ਬਾਰੇ ਮੈਂ ਕਿਆ ਕਹੂੰ ਕਭੀ ਵੋ ਪਾਗਲ ਹੈ ਤੋ ਕਭੀ ਜੀਨੀਅਸ ਕਭੀ ਬੱਚੋਂ ਕੀ ਤਰ੍ਹਾਂ ਮੁਝੇ ਦੇਖਤਾ ਹੈ ਪਰ ਕਭੀ ਪਾਗਲੋਂ ਕੀ ਤਰ੍ਹਾਂ ਮੁਝੇ ਪਿਆਰ ਕਰਤਾ ਹੈ ਪਰ ਜਬ ਜਬ ਮੁਝੇ ਦੇਖਤਾ ਹੈ ਮੁਝੇ ਲਗਤਾ ਹੈ ਕਿ ਮੈਂ ਖੂਬਸੂਰਤ ਹੂੰ ਆ ਖੜਾ ਬੋਲਾ ਕਿੱਧਰ ਨੂੰ ਗਏ ਸੀ ਅੱਗੇ ਨੂੰ ਰਾਹੁਲ ਦਾ ਪਿੰਡ ਉਧਰ ਨਾ ਤੁਸੀਂ ਮੈਨੂੰ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕਰਦੇ ਨੂੰ ਤੁਹਾਨੂੰ ਇਹ ਨਹੀਂ ਪਤਾ ਲੱਗਿਆ ਜਿੱਥੇ ਕੈਮਰਾ ਹੁੰਦਾ ਆਪਾਂ ਉਧਰ ਨਹੀਂ ਜਾਣਾ ਉਧਰ ਨੂੰ ਜਾਣਾ ਮੈਨੂੰ ਨਹੀਂ ਪਤਾ ਲੱਗਿਆ ਵੀ ਉਧਰ ਕੈਮਰਾ ਸਾਨੂੰ 80 ਐਪੀਸੋਡ ਹੋ ਗਏ ਪਤਾ ਨਹੀਂ ਲੱਗਿਆ ਕਦੇ ਕੈਮਰੇ ਦੇਖਣਾ ਹੋਰ ਸੁਣਾਓ ਇੱਕ ਡਾਇਲੌਗ ਹੋਰ ਹਾਂ ਮੈਨੂੰ ਪਤਾ ਸੀ ਪਸੰਦ ਆਈ ਹੋਣੀ ਹੈ ਤੁਹਾਨੂੰ ਸੁਣਿਆ ਤਾਂ ਹੈ ਨਹੀਂ ਬਹੁਤ ਵਧੀਆ ਬਹੁਤ ਵਧੀਆ ਕਿਸੇ ਦੀ ਵੀ ਐਕਟਿੰਗ ਕਰ ਦੋ ਮੇਰੀ ਐਕਟਿੰਗ ਕਰ ਦੋ ਕਿਸੇ ਦੀ ਵੀ ਮੈਡਮ ਦੀ ਕਰ ਦੋ ਤੁਹਾਡੀ ਕਰਦੀ ਹੈ ਠੀਕ ਹੈ ਤੁਹਾਡੀ ਤੁਹਾਡੀ ਸਵਾਗਤ ਹੈ ਤੁਹਾਡਾ ਕੈਂਟੀਨੀ ਮੰਡੀਰ ਦੇ ਵਿੱਚ ਅੱਜ ਇੱਥੇ ਵਾਹਿਗੁਰੂ ਵਾਹਿਗੁਰੂ ਮੇਰੀ ਗੱਲ ਸੁਣੋ ਅੱਜ ਮੈਂ ਤੁਹਾਡਾ ਆ ਪੈਰ ਐਂ ਤਾਂ ਨਹੀਂ ਰੱਖਦਾ ਮੈਂ ਸਿੱਧਾ ਤੁਰਿਆ ਕਰੋ ਤੁਸੀਂ ਵੀ ਤਾਂ ਜਾਣ ਕੇ ਕਰ ਰਹੇ ਹੋ ਕਿ ਮੈਂ ਤੁਹਾਨੂੰ ਜ਼ਿਆਦਾ ਸੋਹਣਾ ਨਾ ਕਰਦੀ ਨਹੀਂ 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 ਅਸੀਂ ਕਿਹੜਾ ਖੇਤਾਂ 'ਚ ਤੁਰਦੇ ਮੈਂ ਕਰਦਾ ਉੱਥੋਂ 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 ਇੱਥੇ ਫੜ ਕੇ ਬੋਲਣ ਦਾ ਕੰਫੀਡੈਂਸ ਬਹੁਤ ਹੁੰਦਾ ਤੁਸੀਂ ਬਹੁਤ ਵਧੀਆ ਬੋਲੇ ਆਈ ਨੋ ਥੈਂਕ ਯੂ ਸੋ ਮਚ ਆਈ ਨੋ ਇੱਕਦਮ ਆਈ ਨੋ ਨਹੀਂ ਮੈਨੂੰ ਪਤਾ ਵਾ ਤੇ ਖੁਸ਼ ਰਹੋ ਤੇ ਰੱਬ ਛੇਤੀ ਆਉਂਦੇ 4-5 ਸਾਲ ਤੱਕ ਤੁਹਾਡੀ ਅੱਖਾਂ ਖੋਲਦੇ ਉਹ ਅੱਖਾਂ ਖੋਲਦੇ ਮਤਲਬ ਦੁਨੀਆਦਾਰੀ ਦਾ ਪਤਾ ਲੱਗ ਜੇ ਮੈਂ ਤਾਂ ਸਮਝ ਗਈ ਸੀ ਮੈਂ ਸਮਝ ਗਈ ਨਾ ਥੈਂਕ ਯੂ ਸੋ ਮਚ ਇੱਧਰ ਕੁੜੀਆਂ ਇੱਧਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਜੀ ਸੰਜੇ ਆ ਮੇਰਾ ਨਾਮ ਹੈ ਸੰਜੇ ਜੀ ਹਾਂਜੀ ਕੀ ਸ਼ੌਂਕ ਨੇ ਬਸ ਇਹ ਸਿੰਗਿੰਗ ਦਾ ਸ਼ੌਂਕ ਹੈ ਜੀ ਗਾਣਾ ਸੁਣਦੇ ਥੋੜੇ ਤੋਂ ਗਿਟਾਰ ਵੀ ਪਲੇ ਕਰੂੰਗਾ ਹਾਂਜੀ ਹਾਂ ਗਿਟਾਰ ਪਲੇ ਕਰ ਲਈ ਬਈ ਮੈਂ ਜਦੋਂ ਤੇਰੇ ਖਾਬਾਂ ਵਾਲੇ ਰਾਤ ਤੁਰਿਆ ਮੈਂ ਤੁਰਿਆ ਬੜਾ ਨਾ ਮੇਤੋਂ ਜਾਵੇ ਮੁੜਿਆ ਉਹ ਜਿਵੇਂ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ ਮੈਂ ਰਹਾ ਤੇਰੇ ਨਾਲੇ ਉਹਨਾਂ ਵਾਂਗੂ ਜੁੜਿਆ ਮੈਂ ਲਿਖਦਾ ਹੁੰਦਾ ਸੀ ਤੇਰੇ ਬਾਰੇ ਅੜੀਏ ਜਾ ਕੇ ਪੁੱਛ ਲੈ ਗਵਾਨੇ ਤਾਰੇ ਅੜੀਏ ਜੋ ਕਰਦੇ ਮਜ਼ਾਕ ਉਹਨਾਂ ਹੱਸ ਲੈਣ ਦੇ ਜੋ ਤਾਨੇ ਕੱਸਦੇ ਨੇ ਉਹਨਾਂ ਕੱਸ ਲੈਣ ਦੇ ਮੈਂ ਜਦੋਂ ਤੇਰੇ ਖਾਬਾਂ ਵਾਲੇ ਰਾਹ ਤੁਰਿਆ ਮੈਂ ਤੁਰਿਆ ਬੜਾ ਨਵੇਂ ਤੋਂ ਜਾਵੇ ਮੁੜਿਆ ਹੋ ਇਕੱਠੇ ਹੋ ਕੇ ਦੁਨੀਆ ਬਣਾ ਲਈਏ ਰੁੱਸੀਏ ਤੇ ਝੱਟ ਹੀ ਮਨਾ ਲਈਏ ਚੋਲੀ ਤੇਰੀ ਖੁਸ਼ੀਆਂ ਨਾ ਭਰ ਦਊਂਗਾ ਸੁਪਨਿਆਂ ਵਾਲਾ ਤੈਨੂੰ ਕਰ ਦਊਂਗਾ ਸਤਿ ਸ਼੍ਰੀ ਅਕਾਲ ਰਵਨੀਤ ਵੀਰੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਤਾ ਨਹੀਂ ਮਾਪੇ ਕਿਵੇਂ ਅਫੋਰਡ ਕਰਦੇ ਨੇ ਪਤਾ ਨਹੀਂ ਮਾਪੇ ਇਹੋ ਜਿਹਿਆਂ ਨੂੰ ਕਿਵੇਂ ਅਫੋਰਡ ਕਰਦੇ ਨੇ ਇਹ ਜੰਮਦੇ ਨੇ ਜਾਂ ਡਾਊਨਲੋਡ ਕਰਦੇ ਨੇ ਕਿੱਥੋਂ ਬਿਲੋਂਗ ਕਰਦੇ ਹੋ ਅਮਲੋਹ ਤਾਂ ਕਰਦੇ ਓਕੇ ਸ਼ੌਂਕ ਸ਼ੌਂਕ ਆਪਣੇ ਡਾਂਸਿੰਗ ਗਈ ਡਾਂਸਿੰਗ ਗਈ ਡਾਂਸਿੰਗ ਅੱਛਾ ਤੇ ਸੁਣਾਓ ਆਪਣਾ ਹੀ ਸਿੰਗਲ ਟਰੈਕ ਆ ਰਿਹਾ ਸੀਗਾ ਜੀ ਜਿਹੜੇ ਹਥਿਆਰਾਂ ਦੀ ਤੂੰ ਗੱਲ ਕਰਦੇ ਹੈ ਕਈ ਸਾਲ ਪਹਿਲਾਂ ਅਸੀਂ ਚਲਾ ਕੇ ਛੱਡਦੇ ਥੈਂਕ ਯੂ ਸੋ ਮਚ ਤੁਸੀਂ ਰੌਣਕ ਲਈ ਖੁਸ਼ ਕੀਤਾ ਗੋਡ ਬਲੈਸ ਯੂ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਕੀ ਨਾਂ ਹੈ ਤੁਹਾਡਾ ਦਮਨਪ੍ਰੀਤ ਕੌਰ ਦਮਨ ਹਾਂਜੀ ਦਮਨ ਪਤਾ ਲੱਗਿਆ ਵੀ ਤੁਸੀਂ ਆਪਣਾ ਟੌਪ ਕਰਦੇ ਆਏ ਹੋ ਹਾਂਜੀ ਪੜਾਈ ਦੇ ਵਿੱਚ ਹਾਂਜੀ ਓਕੇ ਅਸੀਂ ਵੀ ਬਹੁਤ ਟੌਪ ਕੀਤਾ ਜੀ ਅੱਛਾ ਉਪਰੋਂ ਜਾਂ ਨੀਚੋਂ ਹਾਂਜੀ ਥੱਲੇ ਥੱਲੇ ਆ ਜੀ ਥੱਲੇ ਕਦੇ ਗਿਲਟੀ ਨਹੀਂ ਮਹਿਸੂਸ ਹੋਈ ਨਹੀਂ ਗਿਲਟੀ ਕਿਉਂ ਸਗੋਂ ਪ੍ਰਾਊਡ ਫੀਲ ਹੁੰਦਾ ਹੈ ਪ੍ਰਾਊਡ ਪ੍ਰਾਊਡ ਫੀਲ ਹੁੰਦਾ ਹੈ ਓਕੇ ਅਸੀਂ ਆਏ ਨਹੀਂ ਨਾ ਕਦੇ ਪਤਾ ਨਹੀਂ ਵੀ ਗਿਲਟੀ ਹੋਣੀ ਹੈ ਕਿ ਪ੍ਰਾਊਡ ਹੋਣਾ ਤੁਹਾਨੂੰ ਗਿਲਟੀ ਫੀਲ ਹੁੰਦੀ ਹੋਊਗੀ ਹਾਂਜੀ ਅਸੀਂ ਥੱਲੇੋਂ ਟੌਪ ਹੁੰਦਾ ਅਸੀਂ ਥੱਲੇੋਂ ਹੀ ਖੁਸ਼ ਸੀਗੇ ਅੱਛਾ ਚਲੋ ਹੁਣ ਆਪਾਂ ਐਕਟ ਕਰਨਾ ਜੀ ਰੋਲ ਨੰਬਰ 13 ਤੁਹਾਡਾ ਰੋਲ ਨੰਬਰ 14 ਮੇਰਾ ਮੈਂ ਬਹੁਤ ਨਲਾਇਕ ਤੁਸੀਂ ਮੇਰੇ ਤੋਂ ਅੱਗੇ ਹਨਾ ਬਹੁਤ ਇੰਟੈਲੀਜੈਂਟ ਮੈਂ ਤੁਹਾਡੇ ਉਮੀਦਾਂ ਦੇ ਲਾ ਕੇ ਆ ਗਿਆ ਵੀ ਦਮਨ ਬਹਿੰਦੀ ਅੱਗੇ ਹਨਾ ਟੌਪਰ ਆਪਾਂ ਪਾਸ ਹੋਣ ਜੋਗੇ ਤਾਂ ਕਰਾਂਗੇ
ਚਮਨ ਤੂੰ ਉਧਰ ਵਾਲੇ ਪੇਜ ਤੇ ਦੂਜੇ ਪਾਸੇ ਲਿਖ ਲੈ ਯਾਰ ਖੱਬੇ ਤੂੰ ਖੱਬੇ ਹੱਥ ਨਾਲ ਲਿਖ ਯਾਰ ਗਰੀਬ ਪਾਸ ਹੋ ਜੂ ਕਰ ਲਿਆ ਕਰੋ ਕੋਈ ਰੱਬ ਤੈਨੂੰ ਭਾਗ ਲਾਵੇ ਅਗਲੇ ਸਾਲ ਵੀ ਬਸ ਆਏਗੀ ਹੋ ਗਿਆ ਬਸ ਇਹਨਾਂ ਦਾ ਮੈਂ ਕਿਹਾ ਵੀ ਨਹੀਂ ਹੋ ਗਿਆ ਮਾਸਟਰ ਜੀ ਆ ਜੀ ਆਈ ਹੈਵ ਡਨ ਮਾਈ ਵਰਕ ਜਾਓ ਜੀ ਠੀਕ ਹੈ ਬਹੁਤ ਵਧੀਆ ਪਾਸ ਕਰਾਇਆ ਚਾਰ ਨੰਬਰ ਆਉਣਗੇ ਇੰਨੇ ਦਾ ਨਹੀਂ ਮੈਂ ਫੇਲ ਨਹੀਂ ਕਰਾਂਦੀ ਹੁੰਦੀ ਅੱਛਾ ਚਲੋ ਬਹੁਤ ਵਧੀਆ ਟੌਪਰ ਤੁਸੀਂ ਦਿਖਾ ਦਿੱਤਾ ਤੇ ਸੁਣਾਓ ਫਿਰ ਜਿੰਨਾ ਗਾਉਂਦਾ ਇੱਕ ਮੇਰੀ ਅੱਖ ਕਾਸ਼ਣੀ ਦੂਜਾ ਮੈਥ ਵਾਲੇ ਪੇਪਰ ਨੇ ਮਾਰਿਆ ਹਾਏ ਪਿਛਲੇ ਵਾਲੇ ਨਲੈਕ ਨੂੰ ਤਰੇੜ ਪੈ ਗਈ ਇੱਕ ਮੇਰੀ ਅੱਖ ਕਾਸ਼ਣੀ ਦੂਜਾ ਰਾਤ ਦੇ ਉਹ ਨੀਂਦਰੇ ਨੇ ਮਾਰਿਆ ਸ਼ੀਸ਼ੇ ਨੂੰ ਤਰੇੜ ਪੈ ਗਈ ਵਾਲ ਵਾਉਂਦੀ ਨੇ ਧਿਆਨ ਜਦੋਂ ਮਾਰਿਆ ਇੱਕ ਮੇਰੀ ਅੱਖ ਕਾਸ਼ਣੀ ਬਹੁਤ ਵਧੀਆ ਬਹੁਤ ਹੈਲੋ ਸਰ ਹੈਲੋ ਸਰ ਮੇਰਾ ਨਾਮ ਪੁਸ਼ਪਿੰਦਰ ਹੈ ਹਾਂਜੀ ਮੇਰਾ ਨਾਮ ਸਰ ਪੁਸ਼ਪਿੰਦਰ ਹੈ ਆਪਕਾ ਨਾਮ ਪੁਸ਼ਪਿੰਦਰ ਹੈ ਜੀ ਸਰ ਹਾਂਜੀ ਸਰ ਮੈਂ ਅੱਜ ਮੇਰਾ ਫਰੈਂਡ ਇੱਕ ਐਕਟ ਕਰਨਾ ਚਾਹੁੰਦਾ ਕਾਮੇਡੀ ਐਕਟ ਹਾਂਜੀ ਹਾਂਜੀ ਕਰੋ ਕਰੋ ਬੁਲਾਓ ਜੀ ਫਰੈਂਡ ਨੂੰ ਬੁਲਾਓ ਆ ਜਾਓ ਲਓ ਜੀ ਦੇਖੋ ਕਾਮੇਡੀ ਐਕਟ ਆਪ ਭਤੀ ਜੀ ਕਿਵੇਂ ਆ ਵਧੀਆ ਚਾਚਾ ਵਧੀਆ ਤੂੰ ਦੱਸ ਕਿਵੇਂ ਆ ਉਹ ਮੈਂ ਵੀ ਵਧੀਆ ਯਾਰ ਉਹ ਚਾਚਾ ਮੈਂ ਸੁਣਿਆ ਤੂੰ ਆਪਣੇ ਪਿੰਡ ਵਾਲਾ ਪਿੱਟੂ ਕੁੱਟਦਾ ਹੋਰ ਯਾਰ ਬੜਾ ਕੁੱਤਾ ਬੰਦਾ ਉਹ ਹੋਰ ਚਾਚਾ ਹੁਣ ਤਾਂ ਮੁੱਛ ਵੀ ਫੁੱਟਿਆ ਜੀ ਚੱਲ ਇੱਕ ਗੱਲ ਦੱਸ ਫਿਰ ਹਾਂ ਚਾਚਾ ਪੁੱਛ ਮੈਂ ਸੁਣਿਆ ਪਿੱਛੇ ਤੂੰ ਕੈਨੇਡਾ ਜਾ ਕੇ ਆਇਆ ਹੈ ਉਹ ਚਾਚਾ ਆਪਾਂ ਤਾਂ ਕੈਨੇਡਾ ਕਨੂਡਾ ਜਾਂਦੇ ਹੀ ਰਹਿੰਦੇ ਆ ਅੱਛਾ ਜੀ ਮੈਨੂੰ ਲੈ ਕੇ ਨਹੀਂ ਗਿਆ ਉਹ ਚਾਚਾ ਤੈਨੂੰ ਪਤਾ ਹੀ ਆ ਕੈਨੇਡਾ ਜਹਾਜ਼ 'ਚ ਜਾਣਾ ਪੈਂਦਾ ਉੱਥੇ ਕਿਹੜਾ ਆਪਣੇ ਪਿੰਡ ਵਾਲੇ ਰਾਮੂ ਦਾ ਟੈਂਪੂ ਚੱਲਦਾ ਐਵੇਂ ਨਾ ਗੱਲ ਕਰ ਰਾਮੂ ਟੈਂਪੂ ਉੱਥੇ ਵੀ ਲੈ ਜੂ ਇੱਕ ਗੱਲ ਹੋਰ ਦੱਸ ਮੈਨੂੰ ਪੁੱਛ ਪੁੱਛ ਚਾਚਾ ਪੁੱਛ ਉਹ ਮੈਂ ਸੁਣਿਆ ਜਹਾਜ਼ ਦੀਆਂ ਨਰਸਾਂ ਬੜੀਆਂ ਸੋਹਣੀਆਂ ਹੁੰਦੀਆਂ ਉਹ ਜਾ ਓਏ ਜਹਾਜ਼ ਦੀਆਂ ਨਰਸਾਂ ਏਅਰ ਹੋਸਟੈਸਾਂ ਹੁੰਦੀਆਂ ਨੇ ਏਅਰ ਹੋਸਟੈਸਾਂ ਚੈਅਰ ਹੋਸਟੈਸਾਂ ਹੁੰਦੀਆਂ ਨੇ ਆ ਜਿਵੇਂ ਆਪਣੀ ਕਿਰਨ ਹੋ ਕਿਵੇਂ ਦੇਖ ਚਾਚਾ ਪੈਂਟ ਵੀ ਫਟੀ ਹੋਈ ਪਾਈ ਆ ਟੌਪ ਵੀ ਪਾ ਲਿਆ ਵਾਲ ਵੀ ਸਟ੍ਰੇਟ ਕਰਾਈ ਫਿਰਦੀ ਆ ਸੋਹਣੀ ਫੇਰ ਨਹੀਂ ਲੱਗਦੀ ਉਪਦੀ ਜੀ ਇੱਕ ਗੱਲ ਤੇ ਹੋਰ ਪੁੱਛਣੀ ਸੀ ਯਾਰ ਚਾਚਾ ਯਾਰ ਅੱਜ ਕੱਲ੍ਹ ਦਾ ਪਿਆਰ ਵਧੀਆ ਕਿ ਪੁਰਾਣੇ ਜ਼ਮਾਨੇ ਦਾ ਪਿਆਰ ਵਧੀਆ ਸੀ ਉਹ ਚਾਚਾ ਉਹ ਅੱਜ ਕੱਲ੍ਹ ਦਾ ਪਿਆਰ ਕਾਹਦਾ ਪਿਆਰ ਤਾਂ ਪੁਰਾਣੇ ਜ਼ਮਾਨੇ 'ਚ ਹੁੰਦਾ ਸੀ ਉਹ ਘਰ ਵਾਲੀ ਨਾਲੇ ਸਤੀ ਹੋ ਜਾਂਦੀ ਸੀ ਤੇ ਅੱਜ ਕੱਲ੍ਹ ਦੀਆਂ ਅੱਜ ਕੱਲ੍ਹ ਦੀਆਂ ਤਾਂ ਮਿਹਣੇ ਦੇ ਕੇ ਮਾਰ ਦਿੰਦੀਆਂ ਨੇ ਤੂੰ ਤਾਂ ਮੈਨੂੰ ਬੈਲੈਂਸ ਵੀ ਨਾ ਪਵਾ ਕੇ ਗਿਆ ਮੈਂ ਪੀਜੀ ਦਾ ਰੈਂਟ ਵੀ ਆਉਣੀ ਪਿਆ ਵੇ ਅੱਛਾ ਹੋਏ ਮੁੱਕ ਗਿਆ ਹੋ ਗਿਆ ਬਹੁਤ ਇਹ ਕਿਹੜੀ ਸ਼ਹਿਰ ਵਾਲੀ ਸਾਰੀ ਇੱਦਾਂ ਦੀ ਨੇ ਚਲੋ ਜੀ ਹੁਣ ਅਸੀਂ ਬੁਲਾਉਂਦੇ ਹਾਂ ਉਹ ਜਹਾਜ਼ ਵਾਲੇ ਨਰਸ ਨੂੰ ਜਹਾਜ਼ ਵਾਲੀ ਨਰਸ ਆਵੇ ਬਈ ਸੂਟ ਪਾਉਣੇ ਹੱਟ ਗਈ ਤੂੰ ਪੋਪਲੀਨ ਦੇ ਗੋਡੇ ਜੇ ਘਸਾਈ ਦੇਖੋ ਅੱਛਾ ਆਪਣਾ ਨਰਸ ਜੀ ਏਅਰ ਹੋਸਟੈਸ ਜੀ ਤੁਸੀਂ ਏਅਰ ਹੋਸਟੈਸ ਬਣ ਗਏ ਹੈ ਜੀ ਉਹਨਾਂ ਨੇ ਕਿਹਾ ਸੀਗਾ ਹੈ ਨਾ ਜਹਾਜ਼ ਜਾ ਰਿਹਾ ਇੰਗਲੈਂਡ ਦਾ ਤੁਸੀਂ ਅੰਗਰੇਜ਼ੀ ਹੀ ਬੋਲਣੀ ਹੈ ਯੂ ਕੈਨ ਟਾਕ ਇਨ ਓਨਲੀ ਇੰਗਲਿਸ਼ ਓਕੇ ਅਤੇ ਤੁਸੀਂ ਮਗਰ ਹੋ ਜਾਓ ਮਾੜਾ ਜਿਹਾ ਹੈਲੋ ਸਰ ਜਾਏ ਤਾਂ ਸੋਹਣਾ ਹੀ ਸੋਹਣਾ ਸਰ ਮੈਡਮਾਂ ਵੀ ਸੋਹਣੀ ਹੈ ਹਾਂਜੀ ਹਾਂਜੀ ਹੈਲੋ ਦੇ ਲੈ ਤੂੰ ਮੇਰੀ ਗੱਲ ਸੁਣ ਵੀ ਪਿੰਡ 28 ਸਾਲ ਹੋ ਗਏ ਕੁੱਤੀ ਨੇ ਨਹੀਂ ਪੁੱਛਿਆ ਕਦੇ ਆ 40-45 ਹਜ਼ਾਰ ਕਾਹਦਾ ਖਰਚਿਆ ਤੇਰੇ ਵਰਗੀਆਂ ਵੀ ਹੈਲੋ ਹੈਲੋ ਕਰ ਲਾ ਗਈ ਕਮਾਲ ਹੈ ਕਮਾਲ ਹਾਂਜੀ ਮੈਂ ਹੈਲਪ ਯੂ ਸਰ ਕਦੋਂ ਪਹੁੰਚਾਂਗੇ ਹੈ ਦਿੱਲੀੋਂ ਤੁਰੇ ਹਾਂ 3:30 ਦੇ 7:30 ਹੋ ਗਏ ਸਰ ਵੀ ਆਈ ਰੀਚਡ ਇਨ 10 ਮੈਂ ਲਾਦਾ ਅੰਗਰੇਜ਼ੀ ਤੂੰ ਵੀ ਫੇਲ ਸੀ ਹੈ ਗਾਣਾ ਆਉਂਦਾ ਸਰ ਡਾਂਸ ਕਰਨਾ ਤੁਹਾਡੇ ਨੇ ਡਾਂਸ ਕਰਨਾ ਜੀ ਕਪਲ ਡਾਂਸ ਕਰਨਾ ਜੀ ਉਹ ਭੰਗੜਾ ਹੀ ਆਉਂਦਾ ਮੈਨੂੰ ਉਹ ਦੂਜਾ ਨਹੀਂ ਆਉਂਦਾ ਫੁਲਵਾਕੜੀ ਜੀ ਐਂ ਕਰਕੇ ਐਂ ਉਹ ਤੁਸੀਂ ਮੈਨੂੰ ਸਿਖਾਇਓ ਫਿਰ ਵੀ ਕਿਵੇਂ ਕਰੀਦਾ ਹੁਣ ਆਹ ਹੱਥ ਨਾਲ ਮੈਂ ਹੌਲੀ 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 ਤੇਰੀਆਂ ਬਾਜ਼ੀਆਂ ਪਵਾ ਦੂੰ ਬਾਜ਼ੀਆਂ
ਸ਼ਿਕਾਲ ਜੀ ਸ਼ਿਕਾਲ ਜੀ ਕੀ ਨਾਮ ਤੁਹਾਨੂੰ ਅਛਰ ਸ਼ਰਮਾ ਜੀ ਹਾਂਜੀ ਅਛਰ ਸ਼ਰਮਾ ਜੀ ਅਛਰ ਤੇ ਸ਼ਰਮਾ ਅੱਛਾ ਅੱਛਾ ਮੈਂ ਸੋਚਿਆ ਬਣ ਲੱਗਿਆ ਮੱਛਰ ਸ਼ਰਮਾ ਅੱਛਾ ਅੱਛਰ ਸ਼ਰਮਾ ਹਾਂ ਜੀ ਚਲੋ ਸੁਣਾਓ ਅੱਛਰ ਜੀ ਕਿਆ ਸੁਣਾ ਰਹੇ ਹੋ ਮੈਂ ਜੀ ਆਪਣਾ ਗੀਤ ਲਿਖਿਆ ਹੋਇਆ ਸੁਣਾਉਣਾ ਗੀਤ ਲਿਖਦਾ ਓਕੇ ਓਕੇ ਸੁਣਾਓ ਜੀ ਨੀ ਤੈਨੂੰ ਨੋਟਾਂ ਦਾ ਕਰੇਜ ਸਾਨੂੰ ਯਾਰਾਂ ਦਾ ਬਹੁਤਾ ਚਸਕਾ ਨੀ ਕੁੜੇ ਮੁਟਿਆਰਾਂ ਦਾ ਨੀ ਤੈਨੂੰ ਨੋਟਾਂ ਦਾ ਕਰੇਜ ਸਾਨੂੰ ਯਾਰਾਂ ਦਾ ਬਹੁਤਾ ਚਸਕਾ ਨੀ ਕੁੜੇ ਮੁਟਿਆਰਾਂ ਦਾ ਨੀ ਥੋੜੀ ਬਹੁਤੀ ਗੇੜੀ ਮਾਰ ਲਈਦੀ ਤੇ ਨਾਲੇ ਥੋੜਾ ਬਹੁਤਾ ਤੱਕ ਲਈਦਾ ਉਹ ਬੇਬੇ ਐਂਡ ਜੀ ਹੀ ਲੱਭ ਕੇ ਲਿਆਊਗੀ ਇਹ ਸੋਚ ਹੌਸਲਾ ਜਿਹਾ ਰੱਖ ਲਈਦਾ ਉਹ ਬੇਬੇ ਐਂਡ ਜੀ ਹੀ ਲੱਭ ਕੇ ਲਿਆਊਗੀ ਇਹ ਸੋਚ ਹੌਸਲਾ ਜਿਹਾ ਰੱਖ ਲਈਦਾ ਵਾਹਿਗੁਰੂ ਕਰਦੇ ਨੇ ਇਹਨਾਂ ਨੂੰ ਉਰੇ ਤੱਕ ਵਾਹਿਗੁਰੂ ਨੇ ਬਚਾਇਆ ਤਾਂ ਕਰਦੇ ਨੇ ਮੈਂ ਦੋ ਕੁੜੀਆਂ ਨੇ ਕਿਹਾ ਵਾਹਿਗੁਰੂ ਕਹਿੰਦਾ ਬਾਬਾ ਆਪੇ ਤਖ਼ਤ ਬਿਠਾ ਦੇਵੇ ਉਹ ਬੰਦਾ ਹੋਵੇ ਨਾ ਬੇਨੀਤ ਕੁੜੇ ਠੀਕ ਹੈ ਜੀ ਥੈਂਕ ਯੂ ਜੀ ਥੈਂਕ ਯੂ ਮੇਰਾ ਕੁਛ ਸੌਂਗ ਆ ਰਿਹਾ ਵੀਰੇ ਉਹ ਦਿਲ ਡਰਦਾ ਟੁੱਟਣ ਤੋਂ ਇੰਨੀਆਂ ਡੂੰਘੀਆਂ ਚੋਟਾਂ ਨੇ ਉਹ ਐਤਵਾਰ ਕਿਸ ਤੇ ਕਰੀਏ ਇੱਥੇ ਸਭ ਵਿੱਚ ਖੋਟਾਂ ਨੇ ਜਿਹਨੂੰ ਚਾਹੁੰਦੇ ਆ ਸੱਜਣਾ ਚਾਹੁੰਦੇ ਆ ਸੱਜਣਾ ਦਿਲ ਬੜਾ ਦਿਖਾਉਂਦਾ ਏ ਜਿਹਨੂੰ ਪਿਆਰ ਬੜਾ ਕਰਦੇ ਹੁਣੇ ਉਹ ਯੋਰ ਬਾਉਂਦਾ ਉਹ ਦਵਿੰਦਰ ਉਹ ਯੋਰ ਬਾਉਂਦਾ ਏ ਆਪਣੇ ਲਿਖਿਆ ਗਾਣਾ ਕੁੜੀ ਚੰਡੀਗੜ੍ਹ ਦੀ ਟੌੜ ਮਾਰ ਦਿੰਦੀ ਆ ਮੁੰਡੇ ਨੂੰ ਕੀ ਕਹਿੰਦਾ ਓਕੇ ਉਹ ਸਾਊ ਪੁੱਤ ਮਾਪਿਆਂ ਦਾ ਐਵੇਂ ਨਾ ਤੂੰ ਨਿੰਦ ਨਹੀਂ ਉਹ ਪਿੱਛੇ ਤੇਰੇ ਜਹੀ ਲਾਉਣ ਨੂੰ ਨਾ ਲਾਉਂਦੇ ਅਸੀਂ ਬਿੰਦ ਨਹੀਂ ਉਹ ਝੱਟ ਪੱਟ ਲਈਏ ਅਸੀਂ ਤੇਰੇ ਵਰਗੀ ਉਹ ਝੱਟ ਪੱਟ ਲਈਏ ਅਸੀਂ ਤੇਰੇ ਵਰਗੀ ਨੀ ਅਸੀਂ ਪੱਕੇ ਹਿੰਡਾਂ ਵਾਲਿਆਂ ਤੇਰੇ ਚੰਡੀਗੜ੍ਹ ਸ਼ਹਿਰ ਨਾਲੋਂ ਦਿਲ ਸਾਡੇ ਵੱਡੇ ਹੋਇਆ ਕੀ ਜੇ ਮੁੰਡੇ ਅਸੀਂ ਪਿੰਡਾਂ ਵਾਲੇ ਹਾਂ ਉਹ ਤੇਰੇ ਚੰਡੀਗੜ੍ਹ ਸ਼ਹਿਰ ਨਾਲੋਂ ਦਿਲ ਸਾਡੇ ਵੱਡੇ ਹੋਇਆ ਕੀ ਜੇ ਮੁੰਡੇ ਅਸੀਂ ਪਿੰਡਾਂ ਵਾਲੇ ਹਾਂ ਉਹ ਫਾਲੋ ਕਰੀਏ ਨਾ ਕਿਸੇ ਦੇ ਟਰੈਂਡ ਨੂੰ ਉਹ ਫਾਲੋ ਕਰੀਏ ਨਾ ਕਿਸੇ ਦੇ ਟਰੈਂਡ ਨੂੰ ਨੀ ਆਪਣੇ ਟਰੈਂਡਾਂ ਵਾਲੇ ਹਾਂ ਤੇਰੇ ਚੰਡੀਗੜ੍ਹ ਸ਼ਹਿਰ ਨਾਲੋਂ ਦਿਲ ਸਾਡੇ ਵੱਡੇ ਹੋਇਆ ਕੀ ਜੇ ਮੁੰਡੇ ਅਸੀਂ ਪਿੰਡਾਂ ਵਾਲੇ ਆ ਕੀ ਹਾਲ ਚਾਲ ਬੜੀਆ ਬੜੀਆ ਆਪਕਾ ਸੁਣਾਓ ਪੰਜਾਬੀ ਹੋ ਜਾਂ ਹਿਮਾਚਲ ਦੇ ਪੰਜਾਬੀ 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 ਤੇ ਲੋਕਲੀ ਗੋਬਿੰਦਗੜ੍ਹ ਲੋਕਲੀ ਗੋਬਿੰਦਗੜ੍ਹ ਤੋਂ ਓਕੇ ਇੱਕ ਸਾਰੇ ਘਰਦੇ ਨੂੰ ਆਦਤ ਵੀ ਹਿਲ ਕੇ ਗੱਲ ਕਰਦੇ ਆ ਫਿਰ ਐਂ ਖੜੇ ਰਹੋ ਨਾ ਜੀ ਹੈ ਹਾਂ ਐਂ ਖੜੋ ਕੀ ਸ਼ੌਂਕ ਸ਼ੌਂਕ ਸਿੰਗਿੰਗ ਕਰ ਲੈਂਦੇ ਸਿੰਗਿੰਗ ਦਾ ਸੁਣਾਓ ਜੀ ਉਹ ਇੱਕ ਤਾਣ ਖੜੇ ਜਿਹੜੇ ਨਾਲ ਬੱਲੀਏ ਇਹਨਾਂ ਯਾਰਾਂ ਦੀ ਕੀ ਦੇਵਾਂ ਮੈਂ ਮਿਸਾਲ ਬੱਲੀਏ ਸੱਚੀ ਗੱਲ ਯਾਰ ਮੇਰੇ ਤੇ ਤੋਂ ਵੱਧ ਕੇ ਸੱਚੀ ਗੱਲ ਯਾਰ ਮੇਰੇ ਤੇ ਤੋਂ ਵੱਧ ਕੇ ਨੀ ਇਹ ਮੇਰੀ ਸੱਜੀ ਖੱਬੀ ਬਾਂ ਕੀ ਕਰਨਾ ਏ ਤੇਰਾ ਇਹ ਪਿਆਰ ਨਖਰੋ ਨੀ ਮੇਰੀ ਜ਼ਿੰਦਗੀ ਹੈ ਯਾਰਾਂ ਦੇ ਨਾਂ ਕੀ ਕਰਨਾ ਏ ਤੇਰਾ ਇਹ ਪਿਆਰ ਨਖਰੋ ਨੀ ਮੇਰੀ ਜ਼ਿੰਦਗੀ ਹੈ ਯਾਰਾਂ ਦੇ ਨਾਂ ਚੰਗਾ ਜੀ ਥੈਂਕ ਯੂ ਸੋ ਮਚ ਖੇਲਦੇ ਰਹੋ ਐਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇਹ ਸਮਝ ਨਹੀਂ ਆ ਰਹੀ ਵੀ ਇਹ ਗੋਬਿੰਦਗੜ੍ਹ ਦਾ ਮਾਣ ਹੈ ਜੀ ਇਹ ਗੋਬਿੰਦਗੜ੍ਹ ਦਾ ਮਾਣ ਹੈ ਜਿਹੜਾ ਹਾਂਜੀ ਸਟਾਈਲ ਹੀ ਉਹ ਜਿਹੜਾ ਸਮਝ ਨਾ ਆਵੇ ਬਿਲਕੁਲ ਜੀ ਹੈ ਕਿ ਨਹੀਂ ਕਿੱਥੋਂ ਬਿਲੋਂਗ ਕਰਦੇ ਹੋ ਮੈਂ ਪਿੰਡ ਤਲਵਾੜਾ ਹੀ ਗੋਬਿੰਦਗੜ੍ਹ ਦੇ ਕੋਲ ਓਕੇ ਤੇ ਕੀ ਨਾਂ ਕੀ ਤੁਹਾਡਾ ਮੇਰਾ ਨਾਮ ਪਵਨ ਹੈ ਜੀ ਪਵਨ ਸੁਣਾਓ ਫਿਰ ਉਹ ਸਮਾਂ ਉਂਝ ਜ਼ਿੰਦਗੀ ਦਾ ਲੰਘਿਆ ਅੱਗੇ ਨਹੀਂ ਜੇ ਬਟਨ ਬੰਦ ਹੋਵੇ ਫਿਰ ਗਾਣਾ ਨਿਕਲਦਾ ਨਹੀਂ ਟਾਈਟ ਹੈ ਜੀ ਅੱਛਾ ਟਾਈਟ ਹੈ ਟਾਈਟ ਹੈ ਮੈਂ ਸੋਚਿਆ ਵੀ ਇੱਥੇ ਫਸ ਜਾਂਦਾ ਆਪਾਂ ਬਟਨ ਖੋਲਿਆ ਤਾਂ ਗਾਣਾ ਓਕੇ ਓਕੇ ਉਹ ਸਮਾਂ ਉਂਝ ਜ਼ਿੰਦਗੀ ਦਾ ਲੰਘਿਆ ਅੱਗੇ ਜੀ ਕਾਲਜ ਦੀ ਯਾਰੀ ਹੁਣ ਕਿਸੇ ਥਾਂ ਨਾ ਲੱਭੇ ਜੀ ਉਦੋਂ ਕੀਤੀਆਂ ਸੀ ਆਸ਼ਾਂ ਤੇ ਬਾਈ ਮੌਜਾਂ ਹੀ ਸੀ ਮਾਣੀਆਂ ਉਹ ਯਾਰੋ ਕਾਲਜ ਦੇ ਯਾਰਾਂ ਵਾਲੀ ਭੁੱਲਦੀ ਨੀ ਯਾਰੀਆਂ ਜੀ ਸੱਚੀ ਕਾਲਜ ਦੇ ਯਾਰਾਂ ਵਾਲੀ ਭੁੱਲਦੀ ਨੀ ਯਾਰੀਆਂ ਯਾਰਾਂ ਵਿੱਚੋਂ ਯਾਰ ਰਵਨੀਤ ਸੀ ਪਿਆਰਾ ਜੀ ਹੱਥ ਦਾ ਸ਼ੌਕੀਨ ਨਾਲੇ ਸਿਰੇ ਦਾ ਅਵਾਰਾ ਯਾਰਾਂ ਵਿੱਚੋਂ ਯਾਰ ਇੱਕ ਗਿੱਲ ਸੀ ਪਿਆਰਾ ਹੱਥ ਦਾ ਸ਼ੌਕੀਨ ਨਾਲੇ ਸਿਰੇ ਦਾ ਅਵਾਰਾ ਘਮਣ ਸੀਗਾ ਸਿਰਾ ਰੱਖਾ ਚੱਕਵੇਂ ਸਟਾਈਲ ਲਵੇ ਐਪਲ ਦੇ ਸੁਪਨੇ ਤੇ ਕੋਲ 1100 ਮੋਬਾਈਲ ਜੀ ਉਹਦੇ ਬਾਪੂ ਵਾਲੇ ਚੇਤਕ ਤੇ ਉਹ ਯਾਰ ਬਹੁਤ ਗੇੜੀਆਂ ਮਾਰੀਆਂ ਉਹ ਯਾਰ ਕਾਲਜ ਦੇ ਯਾਰਾਂ ਵਾਲੀ ਭੁੱਲਦੀ ਨੀ ਯਾਰੀਆਂ
ਉਹ ਸੱਚੀ ਕਾਲਜ ਦੇ ਯਾਰਾਂ ਵਾਲੀ ਭੁੱਲਦੀ ਨਹੀਂ ਆ ਰਹੀਆਂ। ਥੈਂਕ ਯੂ ਸੋ ਮਚ, ਖੁਸ਼ ਰਹੋ। ਹੈਲੋ ਜੀ, ਸਪੰਜੀ ਰਸਗੁੱਲਾ ਤੁਹਾਡੇ ਸਾਹਮਣੇ ਪੇਸ਼ ਹੈ। ਡੇਂਗੂ ਦੇ ਸਾਈਡ ਇਫੈਕਟ ਹੈ ਜੀ, ਇਹ ਡੇਂਗੂ ਦੇ ਸਾਈਡ ਇਫੈਕਟ। ਨੱਚਣ ਵਾਲੇ ਦੀ ਅੱਡੀ ਨਾ ਰਹਿੰਦੀ ਗਾਉਣ ਵਾਲੇ ਦਾ ਮੂੰਹ, ਨੱਚਣ ਵਾਲੇ ਦੀ ਅੱਡੀ ਨਾ ਲੈਂਦੀ ਗਾਉਣ ਵਾਲੇ ਦਾ ਮੂੰਹ, ਵੇ ਬੋਲੀ ਮੈਂ ਪਾਵਾਂ ਨੱਚ ਕਿਤੇ ਵਿੱਚ ਤੂੰ, ਵੇ ਬੋਲੀ ਮੈਂ ਪਾਵਾਂ ਨੱਚ ਕਿਤੇ ਵਿੱਚ ਤੂੰ। ਬਸ ਥੈਂਕ ਯੂ, ਥੈਂਕ ਯੂ ਸੋ ਮਚ ਮੰਜੀ ਰਸਗੁੱਲੇ, ਬਾਏ ਬਾਏ। ਲਓ ਜੀ, ਪਹਿਲਾਂ ਤਾਂ ਆਇਆ ਸਪੰਜੀ ਰਸਗੁੱਲਾ, ਹੁਣ ਸਪੰਜੀ ਰਸਗੁੱਲੇ ਜਿਹੜੇ ਡੱਬੇ ਦੇ ਵਿੱਚ ਹੁੰਦੇ ਨੇ ਉਹ ਡੱਬਾ ਇਹ ਹੈ। ਸੀਰੀਅਸਲੀ ਤੁਸੀਂ ਬਹੁਤ ਕਿਊਟ ਹੋ ਜੀ। ਤੇ ਹੋਰ ਸੁਣਾਓ ਨਮਿਤਾ ਜੀ, ਸਭ ਵਧੀਆ ਜੀ? ਕੀ ਨਾਂ ਕੀ ਤੁਹਾਡਾ? ਪ੍ਰੀਤੀ ਬਾਵਾ। ਪ੍ਰੀਤੀ ਬਾਵਾ ਜੀ, ਤੇ ਕੀ ਸੁਣਾਓਗੇ ਸਾਨੂੰ? ਮੈਂ ਤੁਹਾਨੂੰ ਬੋਲੀ ਸੁਣਾਉਂਗੀ ਜੀ। ਅੱਛਾ ਜੀ। ਉਹ ਜੱਟੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਬੀਆਂ, ਜੱਟੀਆਂ ਪੰਜਾਬ ਦੀਆਂ ਉੱਚੀਆਂ ਤੇ ਲੰਬੀਆਂ, ਨੱਚ ਨੱਚ ਪੜ ਤੂੰ ਪਾਉਣ ਗਿਆ ਵੀ ਅੱਜ ਕਿਤੇ ਵਿੱਚ, ਹੋਏ ਕਿਤੇ ਵਿੱਚ ਪੜ ਤੂੰ ਪਾਉਣ ਗਿਆ ਨੀ ਅੱਜ ਕਿਤੇ ਵਿੱਚ ਪੜ ਤੂੰ ਪਾਉਣ ਗਿਆ, ਗੱਟ ਕਟੀਰੇ ਵਾਲਿਆ ਗੱਟ ਹੌਲੀ ਹੌਲੀ ਤੋਰ, ਗੱਟ ਕਟੀਰੇ ਵਾਲਿਆ ਗੱਟ ਹੌਲੀ ਹੌਲੀ ਤੋਰ, ਮੇਰੇ ਦੁੱਖ ਨੱਕਣਾ ਦੀਆਂ ਵਾਲੀਆਂ ਮੇਰੇ ਦਿਲ ਵਿੱਚ ਪੈਂਦਾ ਹੋਲ, ਮੇਰਾ ਮਾਹੀ ਗੜਵਾ ਮੈਂ ਕੜਵੇ ਦੀ ਡੋਰ, ਮੇਰਾ ਮਾਹੀ ਗੜਵਾ ਮੈਂ ਕੜਵੇ ਦੀ ਡੋਰ, ਚੀਜ਼ਾਂ ਸਾਲੀ ਚਾਹ ਸੀ ਪੀਂਦੇ, ਚੀਜ਼ਾਂ ਸਾਲੀ ਚਾਹ ਸੀ ਪੀਂਦੇ, ਪੀਂਦੇ ਪੀਂਦੇ ਲੜ ਪੈਣੀ ਉੱਥੇ ਕੋਲੀ ਤੇ ਕੜਕੀ ਖੜਕੇ ਨੀ, ਉੱਥੇ ਕੋਲੀ ਤੇ ਕੜਕੀ ਉੱਥੇ ਕੋਲੀ ਤੇ ਕੜਕੀ ਖੜਕੇ ਨੀ, ਉੱਥੇ ਕੋਲੀ ਤੇ ਕੜਕੀ ਖੜਕੇ। ਚਲੋ ਜੀ, ਕਿੱਦਾਂ ਪਿਆ ਪੂਰਾ? ਅਤੇ ਅੱਗੇ ਆਪਾਂ ਹੁਣ ਗੱਲਬਾਤ ਕਰਦੇ ਹਾਂ। ਮਾਈਕ ਤੇ ਰਹੀ, ਥੈਂਕ ਯੂ ਸੋ ਮਚ ਜੀ, ਬਹੁਤ ਵਧੀਆ। ਕੀ ਨਾਂ ਹੈ ਤੁਹਾਡਾ? ਅਨੁਦੀਪ ਕੌਰ। ਅਨੁਦੀਪ ਕੌਰ, ਕਿੱਥੋਂ ਬਿਲੋਂਗ ਕਰਦੇ ਹੋ ਜੀ? ਮੈਂ ਨਵਾਂ ਸ਼ਹਿਰ ਤੋਂ। ਤੇ ਕੀ ਸ਼ੌਂਕ ਨੇ ਤੁਹਾਡੇ? ਮੈਨੂੰ ਭੰਗੜਾ ਪਾਉਣਾ ਵਧੀਆ ਲੱਗਦਾ ਹੈ, ਹੋਰ ਬੁੱਕਸ ਪੜ੍ਹਨੀਆਂ। ਅੱਛਾ, ਬੁੱਕਸ ਕਿਹੜੀਆਂ ਕਿਹੜੀਆਂ ਪੜ੍ਹਦੇ ਹੋ? ਬੁੱਕਸ ਲਿਟਰੇਚਰ ਵਾਲੀਆਂ, ਕੋਈ ਜਿਵੇਂ ਸਟੋਰ, ਮਤਲਬ ਉਹ ਨਹੀਂ ਹੁੰਦੀਆਂ ਆਪਣੀਆਂ। ਕਿਹੜੀਆਂ ਹੁੰਦੀਆਂ ਬਲਾ? ਉਹੀ ਵਾਲੀਆਂ। ਕਿਹੜੀਆਂ? ਮੈਨੂੰ ਨਹੀਂ ਪਤਾ। ਉਹ ਵਾਲੀਆਂ ਉਹੀ ਵਾਲੀਆਂ ਮੈਂ ਕਹਿੰਦਾ ਕੋਈ ਤਾਂ ਹੈ ਨਾ ਹਿੱਲਣ ਦੀ ਆਦਤ। ਚਲੋ ਬਹੁਤ ਵਧੀਆ, ਬਹੁਤ ਵਧੀਆ। ਚਲੋ ਡਾਂਸ ਕਰਨਾ ਤੁਸੀਂ ਨਾਲ? ਭੰਗੜਾ ਕਰੋ ਫਿਰ, ਦੋਨਿਆਂ ਨੇ ਕਰਦੇ ਆ, ਦੋਨਿਆਂ ਨੇ ਕਰਦੇ ਭੂਆ ਤੇ ਬਹੁਤ ਵਧੀਆ ਨੇਕ ਵਿਚਾਰ, ਬਾਬਾ ਜੀ ਤਰੱਕੀ ਦੇਣ। ਤੇ ਹਾਂ, ਕਹਿ ਵੀਰੇ, ਹੁਣੇ ਕਹਿ ਵੀਰੇ, ਹਾਂ ਸੱਚੇ ਦਿਲੋਂ ਬਲੈਸਿੰਗ ਦਿੱਤੀਆਂ। ਤੇ ਤੁਹਾਡੇ ਸ਼ੌਂਕ ਜੀ? ਅਥਰੇ ਨੇ ਵੀਰੇ, ਅਥਰੇ ਨੇ ਸਾਰੇ ਮੁੰਡੇ ਵੀਰੇ ਹੁਣ, ਫਿਰ ਕੁੜੀ ਡਰਦੀ ਨਹੀਂ ਹੁੰਦੀ, ਕੁਛ ਵੀ ਸੁਣਾਓ। ਜ਼ਿੰਦਗੀ ਚ ਪਿਆਰ ਇੱਕ ਵਾਰ ਹੁੰਦਾ ਏ, ਜ਼ਿੰਦਗੀ ਚ ਪਿਆਰ ਇੱਕ ਵਾਰ ਹੁੰਦਾ ਏ, ਪਿਆਰ ਨਹੀਂ
ਬਾਰ ਬਾਰ ਹੁੰਦਾ ਏ ਪਿਆਰ ਨਹੀਂ ਓ ਜਿਹੜਾ ਬਾਰ ਬਾਰ ਹੁੰਦਾ ਏ ਅਸਾਂ ਤੇ ਜ਼ਮਾਨੇ ਵਿੱਚ ਜਿਹਦੇ ਨਾਲ ਲਈ ਭੁੱਲਣਾ ਨਹੀਂ ਉਹਨੂੰ ਭਾਵੇਂ ਲੱਖ ਹਰ ਜਾਈਏ ਸਾਡੇ ਤੋਂ ਨਹੀਂ ਧੋਖਾ ਸਰਕਾਰ ਹੁੰਦਾ ਏ ਪਿਆਰ ਨਹੀਂ ਓ ਜਿਹੜਾ ਬਾਰ ਬਾਰ ਹੁੰਦਾ ਏ ਪਿਆਰ ਨਹੀਂ ਓ ਜਿਹੜਾ ਬਾਰ ਬਾਰ ਹੁੰਦਾ ਏ ਬਹੁਤ ਸੋਹਣਾ ਗਾਇਆ ਜੀ ਥੈਂਕ ਯੂ ਸੋ ਮਚ ਖੁਸ਼ ਰਹੋ ਖੁਸ਼ ਰਹੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਨਾਮ ਤੁਹਾਡਾ ਮੇਰਾ ਨਾਮ ਹੈਗਾ ਵੀਰੇ ਅੰਮ੍ਰਿਤਪਾਲ ਸਿੰਘ ਓਕੇ ਜੀ ਤੇ ਮੈਨੂੰ ਬਹੁਤ ਵਧੀਆ ਲੱਗਿਆ ਖੁਸ਼ੀ ਹੋਈ ਤੁਹਾਡੇ ਨਾਲ ਬਹੁਤ ਜ਼ਿਆਦਾ ਮਿਲ ਕੇ ਠੀਕ ਹੈ ਥੈਂਕ ਯੂ ਵੀਰੇ ਥੈਂਕ ਯੂ ਤੇ ਮੈਂ ਆਉਣਾ ਨਹੀਂ ਸੀ ਵੈਸੇ ਬੋਲੀਆਂ ਪਾਉਣੀਆਂ ਨੇ ਆਪਾਂ ਨੇ ਤੇ ਇੱਥੇ ਹੁਣ ਗਾਣਾ ਪਲੇ ਕਰਦੇ ਹਾਂ ਤੁਹਾਡੇ ਅੱਗੇ ਅਸੀਂ ਆਪਣਾ ਹਾਂਜੀ ਹਾਂਜੀ ਹੋ ਦਿਲ ਕਰਦਾ ਏ ਮੇਰਾ ਅੜੀਏ ਹੋ ਤੈਨੂੰ ਲੈ ਕੇ ਦੇਣਾ ਰਾਣੀ ਹਾਰਨੀ ਹੋ ਮੱਥਾ ਇੰਜਣ ਨਾ ਬਹੁਤ ਹੋ ਰਿਹਾ ਤੈਨੂੰ ਜਿੰਨੀ ਚੂ ਚੂ ਲੈ ਦੂੰਗਾ ਉਹ ਮੱਥਾ ਪਾਉਂਦਾ ਨਾਲ ਭਿੜ ਲੈਣ ਦੇ ਚਲੋ ਜੀ ਹੁਣ ਤੁਹਾਨੂੰ ਦਿਖਾਉਂਦੇ ਹਾਂ ਦੇਸ਼ ਭਗਤ ਯੂਨੀਵਰਸਿਟੀ ਦੇ ਗੱਭਰੂਆਂ ਦਾ ਸ਼ਾਨਦਾਰ ਭੰਗੜਾ ਆ ਜੀ ਫਿਰ ਬੱਚੇ ਆਏ ਢੋਲ ਤੇ ਜਵਾਨ ਨੱਚ ਪਏ ਢਾਣੀਆਂ ਚ ਬੈਠੇ ਕਿਰਸਾਨ ਨੱਚ ਪਏ ਬੱਚੇ ਆਏ ਢੋਲ ਤੇ ਜਵਾਨ ਨੱਚ ਪਏ ਢਾਣੀਆਂ ਚ ਬੈਠੇ ਕਿਰਸਾਨ ਨੱਚ ਪਏ ਜੱਗਾ ਜਿੰਦਾ ਜੀਤ ਵੀ ਬਣਾਉਣ ਬੱਕਰੇ ਜੇ ਰੁਕੇ ਸਾਰੇ ਆਂਦੇ ਘਰਾਂ ਬੱਕਰੇ ਉਹ ਪੁੱਤ ਗੱਭਰੂ ਗੱਭਰੂ ਜਵਾਨ ਇੱਕ ਤਾਲ ਨੱਚ ਪਏ ਬੱਚੇ ਆਏ ਢੋਲ ਤੇ ਜਵਾਨ ਨੱਚ ਪਏ ਪਾਇਆ ਕੈਂਟੋ ਨੂੰ ਬੜਾ ਜੱਚਦਾ ਨੀ ਮੁੰਡਾ ਝੁੰਮਰਾ ਚ ਨੱਚਦਾ ਝੁੰਮਰਾ ਚ ਨੱਚਦਾ ਸੋਹਣਾ ਲੱਗਦਾ ਨੀ ਮੁੰਡਾ ਝੁੰਮਰਾ ਚ ਨੱਚਦਾ ਸੋਹਣਾ ਲੱਗਦਾ ਨੱਚਦੇ ਟੱਪਦੇ ਖੁਸ਼ੀ ਮਨਾਉਂਦੇ ਜਟਾਂਦੇ ਪੌਣ ਬੋਲੀਆਂ ਲੱਗਦੇ ਰਹਿਣਗੇ ਮੇਲੇ ਯਾਰ ਵਿੱਚ ਚਪਾਰ ਦੇ ਵਾਰੇ ਵਾਰੇ ਜਾਵਾਂ ਰੰਗਲੇ ਪੰਜਾਬ ਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਰਵਨੀਤ ਥੈਂਕ ਯੂ ਸੋ ਮਚ ਤੁਸੀਂ ਸ਼ੋਅ ਨੂੰ ਇੰਨਾ ਪਿਆਰ ਕਰਦੇ ਹੋ ਨਾਲ ਦੇ ਨਾਲ MHONE ਕੰਟੀਨਿਊ ਮੰਡੀਰ ਦੇ ਇਸ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਨਾਲੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਕਿ ਅਗਲੇ ਸ਼ੋਅਜ਼ ਦੀਆਂ ਜਿਹੜੀਆਂ ਨੋਟੀਫਿਕੇਸ਼ਨ ਹੈਗੀਆਂ ਉਹ ਤੁਹਾਨੂੰ ਮਿਲ ਜਾਣ ਸਤਿ ਸ਼੍ਰੀ ਅਕਾਲ ਜੀ